उसते जिवें कि तुहानू हर पल की खबर दिखाई ਜਾ ਜੇਕਰ ਗੱਲ ਕਰੀਏ ਤਾਂ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਜਿਹੜਾ ਹੈਗਾ ਲਗਾਤਾਰ ਹੀ ਜੇਕਰ ਗੱਲ ਕਰੀਏ ਤਾਂ ਗੈਂਗਸਟਰਾਂ ਤੇ ਨਕੇਲ ਕੱਸੀ ਜਾ ਰਹੀ ਅਤੇ ਇਸੇ ਦੇ ਸੰਬੰਧ ਵਿੱਚ ਹੀ ਜੇਕਰ ਗੱਲ ਕਰੀਏ ਤਾਂ ਪੁਲਿਸ ਫਲੋਰ ਜਿਹੜੀ ਹੈਗੀ ਆ ਫਲੋਰ ਪੁਲਿਸ ਵੱਲੋਂ ਵੀ ਜਿਹੜੀਆਂ ਲਗਾਤਾਰ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅਤੇ ਕਈ ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਰਿਹਾ ਅਤੇ ਉੱਥੇ ਦੇ ਜਿਹੜੇ SPD ਜਲੰਧਰ ਦਿਹਾਤੀ ਨੇ ਸਰਬਜੀਤ ਸਿੰਘ ਬਾਈਆ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਰਾਹੀਂ ਜਿਹੜੀ ਜਾਣਕਾਰੀ ਦਿੱਤੀ ਗਈ ਕਿ ਚਾਰ ਜਿਹੜੇ ਗੱਗੂ ਬਲਾਚੋਰੀਆ ਗੈਂਗ ਦੇ ਮੈਂਬਰ ਹਨ ਉਹਨਾਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਕੋਲੋਂ ਜਿਹੜਾ ਭਾਰੀ ਮਾਤਰਾ ਦੇ ਵਿੱਚ ਅਸਲਾ ਵੀ ਬਰਾਮਦ ਕੀਤਾ ਗਿਆ ਇਹਨਾਂ ਕੋਲੋਂ 4 ਪਿਸਟਲ ਅਤੇ 32 ਬੋਰ ਦੇ ਜਿੰਦਾ ਕਾਰਤੂਸ ਵੀ ਜਿਹੜੇ ਬਰਾਮਦ ਕੀਤੇ ਗਏ ਅਤੇ ਇਸ ਦੇ ਸੰਬੰਧ ਵਿੱਚ ਹੀ ਸਰਬਜੀਤ ਸਿੰਘ ਬਾਈਆ SPD ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਨੂੰ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਕਿਉਂਕਿ ਇਹਨਾਂ ਵੱਲੋਂ ਜਿਹੜੀਆਂ ਹੈਗੀਆਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਦੇ ਹੋਰ ਕਿਹੜੇ ਕਿਹੜੇ ਸਾਥੀ ਹਨ ਕਿਉਂਕਿ ਲਗਾਤਾਰ ਹੀ ਦੇਖਣ ਦੇ ਵਿੱਚ ਆਉਂਦਾ ਕਿ ਜੇਲ੍ਹਾਂ ਦੇ ਵਿੱਚੋਂ ਇਸ ਤਰ੍ਹਾਂ ਦੇ ਜਿਹੜੇ ਗੈਂਗ ਖੜੇ ਹੁੰਦੇ ਹਨ ਅਤੇ ਉਹਨਾਂ ਵੱਲੋਂ ਜਿਹੜੀਆਂ ਇਸ ਤਰ੍ਹਾਂ ਦੀਆਂ ਐਕਟੀਵਿਟੀ ਕੀਤੀਆਂ ਜਾਂਦੀਆਂ ਹਨ ਅਤੇ ਇਹਨਾਂ ਜਿਹੜੇ ਆਰੋਪੀਆਂ ਨੂੰ ਕਾਬੂ ਕੀਤਾ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਇਹਨਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਕਿਹੜੀਆਂ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਅਤੇ ਹੁਣ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਘੁੰਮ ਰਹੇ ਸਨ। ਕੈਮਰਾ ਪਰਸਨ ਦੇ ਨਾਲ ਪੁਨੀਤ ਅਰੋੜਾ, ਫੈਕਟ ਨਿਊਜ਼, ਫਲੋਰ। ਫਰੋਤੀ ਮੰਗਣੀ ਸੀ ਜਾਂ ਕੀ ਕਰਨਾ ਸੀ ਉਹ ਪਾਰਟ ਆਫ ਸਾਡਾ ਇਨਵੈਸਟੀਗੇਸ਼ਨ ਹੈਗਾ। ਸਰ ਤੁਸੀਂ ਦੱਸਿਆ ਜਿੱਦਾਂ ਹੁਣ ਗੋਇੰਦਵਾਲ ਜੇਲ੍ਹ ਵਿੱਚ ਹੋਇਆ ਉਹਦੇ ਵਿੱਚ ਉਹ ਮੁੰਡਾ ਹੈਗਾ ਭਵਾਨੀ ਜਿਹੜਾ ਵੀਡੀਓ ਬਣਾ ਰਿਹਾ ਮੋਬਾਈਲ ਜੀ ਜੀ ਇਹਦੇ ਵਿੱਚ ਵੀ ਜ਼ਿਕਰ ਆ ਰਿਹਾ ਪ੍ਰੈਸ ਨੋਟ ਦੇ ਵਿੱਚ ਇਹ ਵੀ ਬਲਾ ਚੋਰੀ ਆ ਵੀ ਅੰਦਰ ਬੈਠੇ ਗੈਂਗ ਨੂੰ ਚਲਾ ਰਿਹਾ। ਬਿਲਕੁਲ ਇਹਦੇ ਜਿਵੇਂ ਅੰਦਰ ਮੋਬਾਈਲ ਜਾ ਰਹੇ ਇਹਨਾਂ ਦੇ ਉੱਪਰ ਜਿਹੜੀ ਤੇ ਇਹਦੇ ਤੇ ਐਕਸ਼ਨ ਕੀ? ਦੇਖੋ ਅੱਜ ਤੋਂ ਜਾਂ ਬਹੁਤ ਸਾਲਾਂ ਤੋਂ ਅਸੀਂ ਵੀ ਸੁਣਦੇ ਆ ਰਹੇ ਹਾਂ, ਤੁਸੀਂ ਵੀ ਸੁਣਿਆ ਹੋਣਾ, ਜੇਲ੍ਹ ਦੇ ਵਿੱਚ ਮੋਬਾਈਲ ਉਹ ਵੀ ਜੇਲ੍ਹ ਤੋਂ ਬੈਠੇ ਓਪਰੇਟ ਕਰਦੇ ਆ ਔਰ ਇਹਦੀ ਕੋਈ ਸ਼ੱਕ ਵੀ ਹੈ ਨਹੀਂ ਇਹ 'ਚ ਕੋਈ, ਪਰੰਤੂ ਹੁਣ ਪਿਛਲੇ ਦਿਨਾਂ ਦੇ ਵਿੱਚ ਬੜੀਆਂ ਸਖ਼ਤ ਕਾਰਵਾਈਆਂ ਹੋਈਆਂ, ਸਰਕਾਰ ਬਿਲਕੁਲ ਕਲੈਰਟੀ ਆ, DG ਸਾਹਿਬ ਵੱਲੋਂ ਬਿਲਕੁਲ ਕਲੈਰਟੀ ਹੈਗੀ ਹੁਣ ਵੀ ਜਿਹੜਾ ਵੀ ਹੁਣ ਜੇਲ੍ਹ ਵਾਲਾ, ਕਿਉਂਕਿ ਮਿਲੀ ਭੁਗਤ ਤੋਂ ਬਿਨਾਂ ਚੀਜ਼ਾਂ ਹੁੰਦੀਆਂ ਨਹੀਂ ਹੈ, ਉਹ ਜਿਹੜੀਆਂ ਬਲੈਕ ਸ਼ੀਪ ਹੈਗੀਆਂ ਆ ਚਾਹੇ ਉਹ ਜੇਲ੍ਹ 'ਚ ਆ ਚਾਹੇ ਸਾਡੇ 'ਚ ਆ, ਉਹਨੂੰ ਕਿਸੇ ਵੀ ਤਰੀਕੇ ਨਾਲ ਮਾਫ਼ੀ ਦਾ ਖਾਤਾ ਖਤਮ ਹੈ। ਜਿਹੜਾ ਬੰਦਾ ਕੰਮ ਕਰੂਗਾ ਉਹਦੇ ਨਾਲ ਸਾਰੇ ਅਸੀਂ ਖੜੇ ਹਾਂ, ਜਿਹੜਾ ਕੋਈ ਬਲੈਕ ਸ਼ੀਪ ਆ ਜਿੱਥੇ ਵੀ ਜਦੋਂ ਵੀ ਰਿਕੇ ਆ ਗਿਆ ਉਹਨੂੰ ਬਖਸ਼ਣ ਵਾਲਾ ਖਾਤਾ ਹੈ ਨਹੀਂ। ਪਤਾ ਲੱਗਦਾ ਕਪੂਰਥਲੇ ਜੇਲ੍ਹ ਦੇ ਵਿੱਚ ਕਿਸੇ ਦੇ ਕੋਲ ਮੋਬਾਈਲ ਆ ਤੁਹਾਡੀ ਨੌਲੇਜ 'ਚ ਆਉਂਦਾ ਤੇ ਕਰ ਵੀ ਹੋਊ। ਹਾਂਜੀ ਹਾਂਜੀ ਜਿਹੜੇ ਖੜੇ ਆ ਉਹਦੇ ਕੋਲ ਪਿਛੋਕੜ ਉਹਨਾਂ ਦਾ ਕਿੱਦਾਂ ਦਾ ਕਿ ਪਰਚੇ ਬਤਾ ਇਹਨਾਂ ਦੇ ਵੀ ਹੈਗੇ ਕਿ ਜਿੱਦਾਂ ਇੱਕ ਉਹਦੀ ਡਰੱਗ ਦਾ ਪਰਚਾ ਹੈ, ਦੂਜੇ ਲੜਾਈਆਂ ਝਗੜਿਆਂ ਦੇ ਪਰਚੇ, ਇਹ ਇਸੇ ਕੈਟਾਗਰੀ ਦੇ ਹੈ। ਕਿੰਨੇ ਬੈਕਗ੍ਰਾਉਂਡ ਹੈਗੀ ਸਾਰੇ? ਕਿੰਨੇ ਹਿਰਾਸਤ 'ਚ ਆਏ ਸਰ ਹੁਣ ਤੇ? ਚਾਰ ਬੰਦੇ। ਤੇ ਸਰ ਇਹਦੇ ਵਿੱਚ ਹੋਰ ਵੀ ਇਨਵੋਲਵ ਹੋ ਸਕਦੇ ਆ? ਹਾਂ ਬਿਲਕੁਲ, ਸਾਲੇ ਇੰਟੈਰੋਗੇਸ਼ਨ ਚੱਲ ਰਹੀ ਹੈਗੀ ਆ, ਕੋਈ ਵੀ ਜਿੰਨੇ ਵੀ ਇਹਨਾਂ ਦੇ ਹੋਣਗੇ ਇਹਨਾਂ ਦੇ ਸਾਥੀ ਚਾਹੇ ਪਨਾਹ ਵਾਲੇ ਹੋਣ ਸਾਰਿਆਂ ਦੀ ਕਾਰਵਾਈ ਹੋਈ ਹੈ। ਔਰ ਉਹ ਨਹੀਂ ਹੋਣਾ ਹੈਗਾ ਵੀ ਜਾਣ ਦਿਓ ਜੀ, ਤਾਂ ਅਸੀਂ ਜਿਸ ਬੰਦੇ ਨੇ ਇਹਨਾਂ ਦੀ ਕੋਈ ਵੀ ਹੈਲਪ ਕੀਤੀ ਆ ਉਹ ਬੁੱਕ ਕਰਾਂਗੇ। ਪਿਛਲੇ ਪਰਚਿਆਂ 'ਚ ਵੀ ਅਸੀਂ ਕੀਤੇ ਆ ਵੀ ਜੇ ਕਿਸੇ ਨੇ ਕੋਈ ਹੈਲਪ ਕਰ ਰਿਹਾ ਆ, ਖਾਸ ਕਰ ਇਹੋ ਜਿਹੇ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਬੰਦੇ ਜਿਹੜੇ ਵੈਪਨ ਚੱਕੀ ਫਿਰਦੇ ਆ, ਜਿਹਦੇ ਨਾਲ ਆਮ ਪਬਲਿਕ ਬੜੀ ਪੈਨਿਕ ਹੁੰਦੀ ਆ, ਗੋਲੀ ਚੱਲਦੀ ਜਦੋਂ ਬੜੀ ਪੈਨਿਕ ਕ੍ਰੀਏਟ ਹੁੰਦੀ ਆ, ਔਰ ਉਹਨਾਂ ਦਾ ਜਿਹੜਾ ਵੀ ਕੋਈ ਸਾਥੀ ਹੋਊਗਾ ਉਹਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਗ੍ਰਿਫਤਾਰ ਕੀਤੇ ਉਹਨਾਂ ਬਾਰੇ ਥੋੜ੍ਹਾ ਜਿਹਾ ਦੇਖੀ। ਸਾਡੇ SHO ਫਲੋਰ ਔਰ DSP ਫਲੋਰ ਨੂੰ ਇਨਪੁੱਟ ਮਿਲੀ ਸੀਗੀ ਵੀ 3 ਬੰਦੇ ਮੋਟਰਸਾਈਕਲ 'ਤੇ ਹੈਗੇ ਜਿਹੜੇ ਕਿ ਫਲੋਰ ਤੋਂ ਜਾ ਰਹੇ ਆ ਰਾਹੋਂ ਸਾਈਡ ਨੂੰ, ਨਾਕੇਬੰਦੀ ਕੀਤੀ ਅਤੇ ਚੁੰਗੀ ਦੇ ਕੋਲ ਔਰ ਇਹਨਾਂ ਨੇ ਰੋਕਿਆ ਸੀ, ਜਿਹਦੇ ਵਿੱਚੋਂ ਇੱਕ ਬੰਦੇ ਨੂੰ ਇਹਨਾਂ ਨੇ ਅਰੈਸਟ ਕਰ ਲਿਆ ਰਾਤ ਨੂੰ ਔਰ ਦੋ ਬੰਦੇ ਹਨੇਰੇ ਦਾ ਫਾਇਦਾ ਚੱਕਦੇ ਹੋਏ ਭੱਜ ਗਏ ਸੀ। ਇਹਨਾਂ ਨੇ ਇਮੀਡੀਏਟਲੀ FIR ਨੰਬਰ 43 ਦਰਜ ਕੀਤੀ ਔਰ ਉਹਦੇ ਕੋਲੋਂ ਪਿਸਟਲ ਮਿਲਿਆ ਸੀ ਔਰ ਰਾਤ ਨੂੰ ਹੀ ਸਰਚ ਦੌਰਾਨ ਹੀ ਇਹਨਾਂ ਨੇ ਇੱਕ ਦੋਸ਼ੀ ਹੋਰ ਫੜਿਆ ਔਰ ਮੋਰਨਿੰਗ ਟਾਈਮ ਜਿਹੜਾ ਲਸਾੜੇ ਏਰੀਏ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਸੀਗਾ ਵਿੱਕੀ ਨਾਂ ਦਾ ਉਹਨੂੰ ਵੀ ਰਾਊਂਡ ਅਪ ਕਰ ਲਿਆ ਇਹਨਾਂ ਨੇ। ਔਰ ਜਦੋਂ ਇੰਟੈਰੋਗੇਸ਼ਨ ਦੌਰਾਨ ਇਹ ਗੱਲ ਸਾਹਮਣੇ ਵੀ ਗੱਗੂ ਬਲਾਚੌਰੀਆ ਹੈਗਾ ਜਿਹੜੇ ਨਾਲ ਜਿਹਦੇ ਇਹ ਸਾਥੀ ਹੈਗੇ ਆ ਔਰ ਉਹ ਲੁਧਿਆਣੇ ਜੇਲ੍ਹ ਦੇ ਵਿੱਚ ਸੀਗਾ ਜਿਹੜਾ ਇਹਨਾਂ ਤੋਂ ਵੱਖ ਵੱਖ ਤਰ੍ਹਾਂ ਦੀਆਂ ਵਾਰਦਾਤਾਂ ਕਰਾਉਣ ਦੇ ਫਰਾਕ ਵਿੱਚ ਸੀਗਾ ਔਰ ਸਾਡੇ SHO ਸਾਹਿਬ ਔਰ DSP ਸਾਹਿਬ ਦੀ ਮੁਸਤੈਦੀ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋਣੀਆਂ ਸੀਗੀਆਂ ਉਹਨਾਂ ਨੂੰ ਰੋਕਿਆ ਗਿਆ ਕਿਉਂਕਿ ਜਿਹੜੇ ਵੈਪਨ ਹੈਗੇ ਆ ਬੜੇ ਸਮੈਟੀਕੇਟ ਹੈਗੇ ਆ ਔਰ ਬਿਲਕੁਲ ਇਹਨਾਂ ਨੇ ਹੁਣੀ ਥੋੜ੍ਹੇ ਚਿਰ ਪਹਿਲਾਂ ਹੀ MP ਤੋਂ
ਮੰਗਾਏ ਸੀਗੇ। ਠੀਕ ਹੈ ਜੀ। ਔਰ ਜਿਹੜੀ ਸਾਡੀ ਫਰਦਰ ਜਿਹੜੀ ਇੰਟਰੋਗੇਸ਼ਨ ਹੈ ਉਹ ਚੱਲ ਰਹੀ ਹੈ। ਠੀਕ ਹੈ ਸਰ, ਕਿੰਨੇ ਵੈਪਨ ਫੜੇ ਇਹਨਾਂ ਕੋਲੋਂ? ਟੋਟਲ 4 ਵੈਪਨਸ ਹੈਗੇ ਆ। ਓਕੇ। ਜਿਹੜੇ ਕਿ 32 ਬੋਲਸ ਦੇ ਹੈਗੇ ਆ, ਔਰ ਇਹਨਾਂ ਦੀ ਵੀ ਹਾਲੇ ਅਸੀਂ ਐਫ ਐਸ ਐਲ ਤੋਂ ਵੀ ਕਲੀਅਰ ਹੋ ਜੂਗਾ ਵੀ ਇਹ ਕਿਤੇ ਹੋਰ ਯੂਜ਼ ਹੋਏ ਆ ਕਿ ਨਹੀਂ ਹੋਏ। ਠੀਕ ਹੈ ਜੀ। ਕਿਉਂਕਿ ਉਹਦੀ ਰਿਪੋਰਟਸ 'ਤੇ ਵੀ ਬੜਾ ਕੁਛ ਡਿਪੈਂਡ ਕਰਦਾ। ਠੀਕ ਹੈ ਸਰ, ਬੰਦੇ ਕਿੰਨੇ ਕੰਮ ਕੀਤੇ ਸਰ? ਟੋਟਲ 3 ਬੰਦੇ ਅਸੀਂ ਇੱਥੋਂ ਰਾਊਂਡ ਅਪ ਕੀਤੇ ਹੈਗੇ ਆ, ਔਰ ਇੱਕ ਬੰਦਾ ਅਸੀਂ ਪ੍ਰੋਡਕਸ਼ਨ ਵਾਰਡ 'ਤੇ ਜੇਲ੍ਹ ਤੋਂ ਲਿਆਂਦਾ। ਠੀਕ ਹੈ। ਅਤੇ ਜਿਹੜੀ ਤਿੰਨ ਬੰਦੇ ਅਸੀਂ ਕੰਮ ਕੀਤੇ, ਸਾਰੇ ਫਲੋਰ ਏਰੀਏ ਦੇ ਨਾਲ ਰਿਲੇਟਡ ਹੈਗੇ ਸਰ? ਇੱਕ ਹੈਗਾ ਲਸਾੜੇ ਏਰੀਏ ਦਾ ਹੈਗਾ, ਇੱਕ ਗੁਰਾਇਆ ਏਰੀਏ ਦਾ ਹੈਗਾ ਜੀ, ਔਰ ਤੀਜਾ ਆਦਮਪੁਰ। ਤੇ ਇਹ ਵੈਪਨ ਕਿੱਥੋਂ ਤੱਕ ਲੈ ਕੇ ਆਏ ਸੀ? ਵੈਪਨ ਜੋ ਇਹਨਾਂ ਨੇ ਇੰਟਰੋਗੇਸ਼ਨ 'ਚ ਆਇਆ ਸੀਗਾ ਵੀ ਇਹ ਐਮ ਪੀ ਤੋਂ ਲੈ ਕੇ ਆਏ ਸੀ। ਠੀਕ ਹੈ ਸਰ। ਠੀਕ ਹੈ ਸਰ, ਥੈਂਕ ਯੂ।